ਲੁਧਿਆਣਾ ਰੂਰਲ ਜੁਗਰਾਓਂ ਪੁਲਿਸ ਦੇ ਵੱਲੋਂ ਲੋਕ ਸਭਾ ਚੋਣਾਂ ਨੂੰ ਪੂਰੇ ਸ਼ਾਂਤਮਈ ਢੰਗ ਦੇ ਨਾਲ ਕਰਵਾਉਣ ਦੇ ਲਈ ਪੁਖਤਾ ਪ੍ਰਬੰਧ ਕਰ ਲਏ ਗਏ ਹਨ। ਸੋ ਪੁਲਿਸ ਫੋਰਸ ਦੇ ਨਾਲ ਨਾਲ ਪੈਰਾਮਿਲਟਰੀ ਫੋਰਸ ਅਤੇ ਸੀਸੀਟੀਵੀ ਕੈਮਰੇ ਵੀ ਲਗਾ ਦਿੱਤੇ ਗਏ ਹਨ। ਇਸ ਬਾਰੇ ਪੂਰੇ ਵਿਸਥਾਰ ਦੇ ਨਾਲ ਜਗਰਾਓਂ ਦੇ ਐਸਬੀਐਚ ਮਨਵਿੰਦਰ ਬੀ ਸਿੰਘ ਨੇ ਇੰਡੀਆ ਨਿਊਜ਼ ਪੰਜਾਬ ਦੇ ਨਾਲ ਵਿਸ਼ੇਸ਼ ਗੱਲਬਾਤ ਕੀਤੀ ਹੈ। ਕਮਿਸ਼ਨ ਦੀਆਂ ਹਦਾਇਤਾਂ ਤੇ ਜਗਰਾਓਂ ਲੁਧਿਆਣਾ ਰੂਰਲ ਪੁਲਿਸ ਵੀ ਪੂਰੀ ਤਰ੍ਹਾਂ ਤਿਆਰ ਹੈ ਇਸ ਇਲੈਕਸ਼ਨ ਨੂੰ ਪੂਰੇ ਪੀਸਫੁਲੀ ਤੇ ਫੇਅਰ ਕਰਾਉਣ ਦੇ ਲਈ। ਸਾਡੇ ਨਾਲ ਮੌਜੂਦ ਨੇ ਅੱਜ ਇੱਥੇ ਐਸਪੀ ਹੈੱਡਕੁਆਰਟਰ ਮਨਵਿੰਦਰ ਬੀ ਸਿੰਘ ਜੀ, ਆਓ ਆਪਾਂ ਉਹਨਾਂ ਤੋਂ ਜਾਣਦੇ ਹਾਂ ਕਿ ਕਿੰਨੀਆਂ ਕੁ ਤਿਆਰੀਆਂ ਨੇ, ਕਿੰਨੀ ਕੁ ਸਿਕਿਉਰਿਟੀ ਫੋਰਸ ਤੇ ਲੱਗੀ ਹੈ ਤਾਂ ਕਿ ਜਿਹੜੇ ਇਲੈਕਸ਼ਨ ਨੇ ਪੂਰੀ ਪੀਸਫੁਲੀ ਹੋ ਸਕਣ ਔਰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ, ਔਰ ਖਾਸ ਤੌਰ ਤੇ ਕਿੰਨੇ ਕੁ ਸਪੈਸ਼ਲ ਇਲਾਕੇ ਲੱਗੇ ਨੇ ਜਿੱਥੇ ਕਿ ਹਰ ਤਰ੍ਹਾਂ ਦੀ ਵਧੀਆ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਕਿਸੇ ਤਰ੍ਹਾਂ ਦੀ ਵੀ ਕੋਈ ਅਣਸੁਖਾਵੀ ਘਟਨਾ ਨਾ ਵਾਪਰ ਸਕੇ। ਜੀ ਐਸ ਪੀ ਸਰ, ਵੈਲਕਮ ਤੁਹਾਡਾ ਜੀ ਇੰਡੀਆ ਨਿਊਜ਼ 'ਤੇ। ਅਤੇ ਕੀ ਕਹੋਗੇ ਸਰ, ਕਿੰਨੀ ਕੁ ਆਪਣੀ ਸਿਕਿਉਰਿਟੀ ਫੋਰਸ ਆ, ਕਿੱਦਾਂ ਦੇ ਸਪੈਸ਼ਲ ਇਲਾਕੇ ਚੱਲਦੇ? ਜਿਹੜੀ ਜਗਰਾਓਂ ਡਿਸਟ੍ਰਿਕਟ ਲੁਧਿਆਣਾ ਰੂਰਲ ਦੇ ਵਿੱਚ ਇਲੈਕਸ਼ਨ ਕਮਿਸ਼ਨ ਦੀ ਹਦਾਇਤਾਂ ਮੁਤਾਬਕ ਜਿਹੜੇ ਸਾਡੇ 379 ਪੋਲਿੰਗ ਬੂਥ ਹੈਗੇ ਸਾਡੇ, ਜਿਹਦੇ ਵਿੱਚ ਸਿੰਗਲ ਸਿੰਗਲ, ਕਿਤੇ ਡਬਲ ਲੋਕੇਸ਼ਨ, ਕਿਤੇ ਟ੍ਰਿਪਲ ਹੈਗੀ ਆ। 38 ਸਾਡੇ ਕ੍ਰਿਟੀਕਲ ਹੈਗੇ ਜਿੱਥੇ ਪੈਰਾਮਿਲਟਰੀ ਫੋਰਸ ਲੱਗੀ ਆ। ਇਸ ਤੋਂ ਇਲਾਵਾ ਸਾਡੇ ਜਿਹੜੇ 8 ਜਿਹੜੇ ਆ ਪਰਮਾਨੈਂਟ 24 ਘੰਟੇ ਜਿਹੜੇ ਨਾਕੇ ਚੱਲ ਰਹੇ ਆ। 53 ਦੇ ਸਾਡੀਆਂ ਪੈਟਰੋਲਿੰਗ ਪਾਰਟੀਆਂ ਚੱਲ ਰਹੀਆਂ ਵਾ, ਜਿਨ੍ਹਾਂ ਦੀ ਇੱਕ ਐਕਸ਼ਨ ਟੀਮ ਜਿਹੜੀ ਪਿੰਡਾਂ ਦੇ ਵਿੱਚ 4-4 ਪਿੰਡਾਂ ਦੇ ਜਿਹੜੇ ਉਹ ਕੰਟਰੋਲ ਕਰ ਰਹੇ। ਉਸ ਤੋਂ ਇਲਾਵਾ ਰਿਜ਼ਰਵ ਹੈਗੀਆਂ ਜੀ, ਹਲਕਾ ਅਫਸਰ DSP ਦੀਆਂ, SP ਸਾਹਿਬ ਦੀਆਂ, ਅਤੇ ਇਸ ਤੋਂ ਇਲਾਵਾ ਜਿਹੜੀ ਹੈਗੀ ਆ ਸਾਡੀ ਜਿਹੜੀ ਹੈਗੀ QRT ਬਣੀਆਂ ਹੈਗੀਆਂ, ਜਿਹੜੀਆਂ ਪੈਰਾਮਿਲਟਰੀ ਫੋਰਸ ਟੀਮ ਦੀਆਂ ਜਿਹੜੀਆਂ ਬਿਲਕੁਲ ਪੀਸਫੁਲ ਆ, ਲੋਅ ਐਂਡ ਆਰਡਰ, ਕਿਸੇ ਤਰ੍ਹਾਂ ਦੀ ਕੋਈ ਜਿਹੜੀ ਹੈਗੀ ਆ, ਕੋਈ ਇੱਕ ਵੀ ਜਿਹੜੀ ਹੈਗੀ ਆ ਵਾਰਦਾਤ ਜਿਹੜੀ ਆ ਨਹੀਂ ਹੋਈ। ਔਰ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਸਾਰੇ ਬਿਨਾਂ ਕਿਸੇ ਡਰ ਤੋਂ, ਬਿਨਾਂ ਕਿਸੇ ਚੀਜ਼ ਤੋਂ ਵੱਧ ਤੋਂ ਵੱਧ ਆਪਣਾ ਜਿਹੜੇ ਵੋਟ ਪੋਟ ਪਾਉਣ। ਥੈਂਕ ਯੂ ਸਰ। ਇੱਕ ਕੁਛ ਆਪਣੇ ਪਿੰਡਾਂ ਦੇ ਵਿੱਚ ਕਿਸਾਨਾਂ ਜਥਿਆਂ ਬੰਦੀਆਂ ਨੂੰ ਇਹ ਕਿਹਾ ਗਿਆ ਕਿ ਅਸੀਂ ਇੱਥੇ ਕਿਸੇ ਤਰ੍ਹਾਂ ਦੇ ਵੋਟ ਨਹੀਂ ਲੱਗਣ ਦੇ ਨੇ, ਚਾਹੇ ਉਹ BJP ਦੇ ਅਗੇਂਸਟ ਪ੍ਰਚਾਰ ਕਰ ਰਹੇ ਨੇ, ਚਾਹੇ ਉਹ ਆਮ ਆਦਮੀ ਪਾਰਟੀ ਦੇ ਖਿਲਾਫ ਨੇ, ਜਿਹਨਾਂ ਨੇ ਉਹਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ, ਉਹਨਾਂ ਨੂੰ ਲੈ ਕੇ ਕਿਸ ਤਰ੍ਹਾਂ ਆਪਾਂ ਆਪਣਾ ਮੈਨੇਜ ਕੀਤਾ ਸਾਰਾ ਕੁਝ ਤਾਂ ਜਿਹੜੀ ਇਲੈਕਸ਼ਨ ਉੱਥੋਂ ਵੀ ਲੱਗ ਸਕਣ, ਉੱਥੋਂ ਵੀ ਇਲੈਕਸ਼ਨ ਵੀ ਸਹੀ ਢੰਗ ਨਾਲ ਪੋਲ ਹੋ ਸਕੇ? ਜਿਹੜੀ ਸਾਡੇ ਆਲ ਡਿਸਟ੍ਰਿਕਟ ਦੇ ਵਿੱਚ ਪਿੰਡ ਹੈਗੇ ਸਾਰੇ ਜਿਹੜੀ ਹੈਗੀ ਜਥੇਬੰਦੀਆਂ ਉਹਨਾਂ ਨਾਲ ਤਾਲਮੇਲ ਕੀਤਾ ਹੋਇਆ। ਕੋਈ ਇਹੋ ਜਿਹੀ ਕੋਈ ਸਿੰਗਲ ਜਿਹੜੀ ਅਜੇ ਤੱਕ ਕੋਈ ਘਟਨਾ ਜਿਹੜੀ ਨਹੀਂ ਆਈ ਕਿ ਇੱਦਾਂ ਦੀ ਕੋਈ ਪ੍ਰੋਬਲਮ। ਕਿਤੇ ਆਊਗੀ ਤਾਂ ਸਾਡਾ ਪੂਰਾ ਪ੍ਰਬੰਧ ਹੈਗਾ, ਸਾਡੀ ਪੂਰੀ ਪੈਰਾਮਿਲਟਰੀ ਫੋਰਸ ਹੈਗੀ, ਅਸੀਂ ਇਲੈਕਸ਼ਨ ਦੇ ਪ੍ਰੋਸੈਸ ਦੇ ਵਿੱਚ ਕਿਤੇ ਵੀ ਕੋਈ ਉਹਦੀ ਰੁਕਾਵਟ ਨਹੀਂ ਹੋਣ ਦੇਣੀ, ਕਿਸੇ ਵੀ ਤਰ੍ਹਾਂ ਸਾਨੂੰ ਜਿਹੜਾ ਇਲੈਕਸ਼ਨ ਤੁਸੀਂ ਪੂਰਾ ਕਰਾਂਗੇ। ਜੋ ਵੀ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਹੁੰਦੀਆਂ, ਜਿਹੜੇ ਇਹ ਕ੍ਰਿਟੀਕਲ ਬੂਥ ਉਹਨਾਂ ਨੂੰ ਕਹਿੰਦੇ, ਉੱਥੇ ਉਹ ਜਿਹੜੇ ਹੈਗੇ ਕੈਮਰਿਆਂ ਦੇ ਨਾਲ ਕਵਰ ਹੁੰਦੇ, ਉੱਥੇ ਬਕਾਇਦਾ ਪੈਰਾਮਿਲਟਰੀ ਫੋਰਸ ਲਗਾਈ ਜਾਂਦੀ, ਉਹ ਸਾਰਾ ਪ੍ਰਬੰਧ ਕੀਤਾ। ਯਾਨੀ ਕਿ ਹੋਪਫੁਲੀ ਆਪਾਂ ਇਹੀ ਸਾਰੇ ਉਮੀਦ ਕਰ ਸਕਦੇ ਹਾਂ ਕਿ ਜਗਰਾਓਂ ਪੁਲਿਸ ਵੱਲੋਂ ਪੂਰੀ ਤਰ੍ਹਾਂ ਜਿਹੜੀ ਇਹ ਤਿਆਰੀ ਮੁਕੰਮਲ ਕਰ ਲਈ ਗਈ ਆ, ਔਰ ਲੋਕ ਬਿਲਕੁਲ ਆਪਣੇ ਘਰਾਂ 'ਚੋਂ ਵੱਧ ਤੋਂ ਵੱਧ ਆ ਕੇ ਵੋਟ ਕਰ ਸਕਦੇ ਨੇ, ਕਿਸੇ ਤਰ੍ਹਾਂ ਦੀ ਕਿਸੇ ਨੂੰ ਟੈਨਸ਼ਨ ਨਹੀਂ ਆਉਣ ਦਿੱਤੀ ਜਾਵੇ? ਬਿਲਕੁਲ ਨਹੀਂ ਆਉਣ ਦਿੱਤੀ ਜਾਵੇਗੀ, ਵੱਧ ਤੋਂ ਵੱਧ ਆ ਕੇ ਲੋਕ ਆਪਣੀ ਵੋਟ ਜਿਹੜੀ ਉਹ ਪੋਲ ਕਰਨ। ਅਸੀਂ ਜਿਹੜੇ ਹੈਗੇ ਆ ਪਿਛਲੇ ਇੱਕ ਹਫ਼ਤੇ ਤੋਂ ਲਗਾਤਾਰ ਸਾਡੀਆਂ ਫੋਰਸਾਂ ਜਿਹੜੀਆਂ ਪੈਰਾਮਿਲਟਰੀ ਫੋਰਸ ਬਾਹਰੋਂ ਆਈ ਹੈਗੀ ਆ, ਦਿਨ ਰਾਤ ਇਲੈਕਸ਼ਨ ਦੇ ਪ੍ਰੋਸੈਸ ਦੇ ਵਿੱਚ ਲੱਗੇ ਹੈਗੇ, ਔਰ ਬਹੁਤ ਪੀਸਫੁੱਲੀ ਜਿਹੜਾ ਹੈਗਾ ਹੋ ਰਿਹਾ, ਔਰ ਲੋਕ ਵੀ ਸਾਡੇ ਜਿਹੜੇ ਹੈਗੇ ਆ ਸਹਿਯੋਗ ਦੇ ਰਹੇ, ਪ੍ਰਸ਼ਾਸਨ ਦਾ ਸਹਿਯੋਗ ਦੇ ਰਹੇ। ਇਸ ਕਰਕੇ ਮੈਨੂੰ ਉਮੀਦ ਆ ਵੀ ਬਹੁਤ ਵਧੀਆ ਔਰ ਪੀਸਫੁੱਲ ਤਰੀਕੇ ਨਾਲ ਜਿਹੜੀ ਇਲੈਕਸ਼ਨ। ਸੋ ਦੇਖਿਆ ਸੀ ਕਿਸ ਤਰ੍ਹਾਂ ਆਪਾਂ ਉਹਨੂੰ ਐਸ ਪੀ ਹੈੱਡਕੁਆਰਟਰ
ਮਨਵਿੰਦਰਵੀਰ ਸਿੰਘ ਜੀ ਨੇ ਦੱਸਿਆ ਕਿ ਉਹ ਪੂਰੀ ਤਰ੍ਹਾਂ ਤਿਆਰੀ ਆਪਣੀ ਮੁਕੰਮਲ ਕਰ ਚੁੱਕੇ ਆ ਔਰ ਜਿਹੜੇ ਵੀ ਇੱਥੇ ਸੈਂਸਿਟਿਵ ਬੂਥ ਜਾਂ ਕ੍ਰਿਟੀਕਲ ਬੂਥ ਨੇ ਉੱਥੇ ਵੀ ਕਿਸੇ ਤਰ੍ਹਾਂ ਦੀ ਕੋਈ ਅਣਸੁਖਾਵੀ ਘਟਨਾ ਨੂੰ ਬਿਲਕੁਲ ਵੀ ਅੰਜਾਮ ਨਹੀਂ ਦਿੱਤਾ ਜਾ ਸਕਦਾ ਹੈ ਔਰ ਪੂਰੀਆਂ ਤਿਆਰੀਆਂ ਨੇ ਚਾਹੇ ਉਹ ਸੀਸੀਟੀਵੀ ਕੈਮਰਿਆਂ ਨੂੰ ਲੈ ਕੇ ਹੋਣ ਚਾਹੇ ਪੁਲਿਸ ਫੋਰਸ ਨੂੰ ਲੈ ਕੇ ਹੋਣ ਚਾਹੇ ਪੈਰਾਮਿਲਟਰੀ ਫੋਰਸਿਸ ਨੂੰ ਲੈ ਕੇ ਹੋਣ ਪੂਰੀਆਂ ਤਿਆਰੀਆਂ ਮੁਕੰਮਲ ਨੇ ਔਰ ਉਹਨਾਂ ਨੇ ਅਪੀਲ ਵੀ ਕੀਤੀ ਹੈ ਆਮ ਲੋਕਾਂ ਨੂੰ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਹਰ ਬੂਥ 'ਤੇ ਜਾ ਕੇ ਆਪਣੀ ਵੋਟ ਨੂੰ ਪਾਉਣ ਤਾਂ ਜੋ ਜਿਹੜੀ ਵੋਟ ਪਰਸੈਂਟੇਜ ਵੱਧ ਸਕੇ ਲੋਕਾਂ ਦਾ ਅਧਿਕਾਰ ਹੈ ਜਮਹੂਰੀਅਤ ਅਧਿਕਾਰ ਜਿਸ ਨੂੰ ਆਪਾਂ ਕਹਿੰਦੇ ਹਾਂ ਉਹ ਪੂਰੀ ਤਰ੍ਹਾਂ ਲੋਕ ਉਸਦਾ ਪੂਰਾ ਇਸਤੇਮਾਲ ਕਰ ਸਕਣ ਆਪਣੇ ਸਾਥੀ ਰਜਨੀਸ਼ ਬਾਂਸਲ ਦੇ ਨਾਲ ਹਿਮਰਾਜ ਬੱਬਰ ਇੰਡੀਆ ਨਿਊਜ਼ ਜਗਰਾਓਂ।